ਤੇ FIFA World Cup ਦੇ ਕੈਨੇਡੀਅਨ ਫੈਨਸ ਲਈ ਇੱਕ ਚੰਗੀ ਖਬਰ ਹੈ ਫੁੱਟਬਾਲ ਦੇ ਪ੍ਰਸ਼ੰਸਕ ਇਸ ਮਹੀਨੇ World Cup ਦੌਰਾਨ ਅਲਕੋਹਲ ਦੇ ਗਲਾਸਾਂ ਨਾਲ ਆਪਣੀਆਂ ਪਸੰਦੀਦਾ ਟੀਮਾਂ ਨੂੰ ਚੀਅਰ ਕਰ ਸਕਣਗੇ ਕਿਉਂਕਿ ਸੂਬੇ ਤੇ ਸ਼ਹਿਰ ਨੇ ਅਲਕੋਹਲ ਸਰਵਿੰਗ ਰੂਲਸ ਦੇ ਬਾਰਸ ਨੂੰ ਛੋੜ ਦਿੱਤੀ ਗਈ ਹੈ ਤੇ ਇਸ ਮੈਚ ਸ਼ੁੱਕਰਵਾਰ ਤੋਂ ਰੂਸ ਤੋਂ ਸ਼ੁਰੂ ਹੋਣ ਜਾ ਰਹੇ ਨੇ ਤੇ ਸਮੇਂ ਦੇ ਫਰਕ ਕਾਰਨ ਕਈ ਮੁਕਾਬਲੇ ਕੈਨੇਡਾ ਵਿੱਚ ਸਵੇਰੇ 11 ਵਜੇ ਤੋਂ ਪਹਿਲਾਂ ਸ਼ੁਰੂ ਹੋ ਜਾਣਗੇ ਜਿਕਰਯੋਗ ਹੈ ਕਿ ਕੈਨੇਡਾ ਦੇ ਨਾਲ ਇਲਾਕਿਆਂ ਵਿੱਚ ਬਾਰਸ ਦੇ ਖੁੱਲ੍ਹਣ ਦਾ ਸਮਾਂ 11 ਵਜੇ ਤੋਂ ਨਿਰਧਾਰਿਤ ਕੀਤਾ ਗਿਆ ਤੇ ਸੂਬਾਈ ਸਰਕਾਰ ਨੇ ਇਹਨਾਂ ਮੁਕਾਬਲਿਆਂ ਦੌਰਾਨ ਬਾਰ ਮਾਲਕਾਂ ਨੂੰ ਸਵੇਰੇ ਜਲਦੀ ਬਾਰ ਖੋਲ੍ਹਣ ਦੇ ਸਮੇਂ ਦੀ ਛੋਟ ਦਿੱਤੀ ਹੈ ਇੱਕ ਮੇਲ ਵਿੱਚ ਕਿਹਾ ਗਿਆ ਕਿ ਫੁੱਟਬਾਲ ਮੁਕਾਬਲਿਆਂ ਦੌਰਾਨ ਲਾਇਸੈਂਸ ਧਾਰਕ ਬਾਰ ਸਵੇਰੇ 9 ਵਜੇ ਖੋਲ੍ਹੇ ਜਾ ਸਕਦੇ ਨੇ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਬਾਰਾਂ ਨੂੰ ਕੁਝ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੌਰਾਨ ਜਲਦੀ ਸਮੇਂ ਵਿੱਚ ਛੋਟ ਦਿੱਤੀ ਸੀ ਪਰ ਰੂਸ ਦੀਆਂ 2014 ਵਿੰਟਰ ਖੇਡਾਂ ਤੇ ਇਸ ਸਾਲ ਦੀਆਂ ਦੱਖਣ ਕੋਰੀਆਈ ਖੇਡਾਂ ਦੌਰਾਨ ਅਜਿਹਾ ਨਹੀਂ ਕੀਤਾ ਗਿਆ ਸੀ